ਸਿਖਾਉਣ ਦਾ ਜਜ਼ਬਾ ਹੋਵੇ ਤਾਂ ਔਖੇ ਤੋਂ ਔਖੇ ਹਾਲਾਤ ਵੀ ਆਸਾਨ ਲੱਗਣ ਲੱਗ ਜਾਂਦੇ ਨੇ। ਸੱਤ ਸਾਲ ਹੋ ਗਏ ਸਾਡੇ ਘਰ 'ਚ ਕੋਈ ਕਮਾਉਣ ਵਾਲਾ ਨਹੀਂ ਹੈ, ਇਸ ਕਰਕੇ ਮੈਂ ਵਿਹਲਾ ਰਹਿਣਾ ਮੈਂ ਅੱਛਾ ਨਹੀਂ ਸਮਝਦੀ, ਮੈਂ ਰੇਹੜੀ ਲਗਾਉਂਦੀ। ਜਿਉਣ ਦਾ ਜਜ਼ਬਾ ਹੋਵੇ ਤਾਂ ਔਖੇ ਤੋਂ ਔਖੇ ਹਾਲਾਤ ਵੀ ਆਸਾਨ ਲੱਗਣ ਲੱਗ ਜਾਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ, ਮੈਂ ਹਾਂ ਖੁਸ਼ੀ ਸਰਾਂ। ਅੱਜ ਅਸੀਂ ਪਹੁੰਚੇ ਹਾਂ ਮੋਹਾਲੀ ਅਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਤੁਹਾਨੂੰ ਬਜ਼ੁਰਗ ਮਾਤਾ ਜੀ ਨਜ਼ਰ ਆਉਣਗੇ। ਤੁਸੀਂ ਅਕਸਰ ਇਹਨਾਂ ਨੂੰ ਇੱਥੇ ਫਲ ਵੇਚਦੇ ਹੋਏ ਦੇਖਿਆ ਹੋਏਗਾ। ਜਦੋਂ ਮੈਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਦੀਆਂ ਗੱਲਾਂ ਸੁਣ ਕੇ, ਇਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਜਾਣ ਕੇ ਕਿਤੇ ਨਾ ਕਿਤੇ ਰੌਂਗਟੇ ਖੜ੍ਹੇ ਹੋ ਗਏ। ਅਤੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਆਪ ਨੂੰ ਸੰਭਾਲਿਆ, ਜਿਸ ਤਰੀਕੇ ਦੇ ਨਾਲ ਇਹ ਕੰਮ ਕਰ ਰਹੇ ਨੇ, ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਲਈ ਮਿਸਾਲ ਬਣ ਰਹੇ ਨੇ। ਬਹੁਤ ਸਾਰੇ ਲੋਕ ਜਦੋਂ ਇਹਨਾਂ ਦੇ ਬਾਰੇ ਜਾਣਨਗੇ ਤਾਂ ਖਾਸ ਕਰ ਉਹ ਜਿਹੜੇ ਇਹ ਸੋਚਦੇ ਨੇ ਕਿ ਅਸੀਂ ਜ਼ਿੰਦਗੀ 'ਚ ਕੀ ਕਰੀਏ, ਅਸੀਂ ਕੁਝ ਨਹੀਂ ਕਰ ਸਕਦੇ, ਅਸੀਂ ਕਿਹੜਾ ਕੰਮ ਸ਼ੁਰੂ ਕਰੀਏ, ਅਸੀਂ ਕਿਵੇਂ ਪੈਸੇ ਕਮਾਈਏ, ਜਾਂ ਫਿਰ ਦੂਜਿਆਂ 'ਤੇ ਕਿਤੇ ਨਾ ਕਿਤੇ ਅਸੀਂ ਡਿਪੈਂਡ ਹੋ ਜਾਂਦੇ ਹਾਂ। ਸੋ ਉਹਨਾਂ ਦੇ ਲਈ ਮਾਤਾ ਜੀ ਉਦਾਹਰਣ ਨੇ। ਸੋ ਅੱਜ ਦੀ ਸਾਡੀ ਸਟੋਰੀ ਨੂੰ ਐਂਡ ਤੱਕ ਜ਼ਰੂਰ ਦੇਖਿਓ, ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਖਾਸ ਕਰ ਆਪਣੀ ਜ਼ਿੰਦਗੀ ਦੇ ਲਈ ਕਿ ਕਿਵੇਂ ਅਸੀਂ ਜਦੋਂ ਉਹਨਾਂ ਹਾਲਾਤਾਂ ਦੇ ਵਿੱਚ ਹੁੰਦੇ ਹਾਂ ਜਦੋਂ ਅਸੀਂ ਸੋਚਦੇ ਹਾਂ ਕਿ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦੇ, ਅਸੀਂ ਕਿਵੇਂ ਦੁਬਾਰਾ ਉੱਠ ਸਕਦੇ ਹਾਂ। ਸੋ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਆਖਿਰ ਕੀ ਮਜਬੂਰੀਆਂ ਨੇ ਉਹਨਾਂ ਦੀਆਂ, ਕੀ ਕਾਰਨ ਆ ਕਿ ਉਹਨਾਂ ਨੂੰ ਇੱਥੇ ਰੇਹੜੀ ਲਗਾਉਣੀ ਪੈ ਰਹੀ ਆ, ਕਿੰਨੇ ਸਮੇਂ ਤੋਂ ਰੇਹੜੀ ਲਗਾ ਰਹੇ ਨੇ, ਕਿੰਨਾ ਕਿੰਨਾ ਚੀਜ਼ਾਂ ਦੇ ਵਿੱਚੋਂ ਉਹ ਲੰਘੇ ਨੇ। ਸੋ ਮਾਤਾ ਜੀ ਨੇ ਮੇਰੇ ਨਾਲ ਇੱਥੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਉਰਮਿਲਾ ਰਾਣੀ ਹੈ ਜੀ। ਆ ਜਾਓ, ਤੁਸੀਂ ਬੈਠ ਜਾਓ, ਬੈਠ ਜਾਓ। ਮਾਤਾ ਜੀ, ਮੈਂ ਦੇਖਿਆ ਬਹੁਤ ਵਾਰ ਹੈ ਨਾ ਇੱਥੋਂ ਨਿਕਲਦੇ ਆ ਜਾਂਦੇ ਆ, ਤੁਸੀਂ ਅਕਸਰ ਇੱਥੇ ਬੈਠੇ ਹੁੰਦੇ ਹੋ, ਤੁਸੀਂ ਕਿੰਨੇ ਸਮੇਂ ਤੋਂ ਜਿਹੜੀ ਇੱਥੇ ਰੇਹੜੀ ਲਗਾ ਰਹੇ ਹੋ? ਇੱਥੇ ਤਾਂ ਮੈਂ ਜੀ 7 ਸਾਲ ਹੋ ਗਏ ਲਗਾ ਰਹੀ ਹਾਂ। 7 ਸਾਲ ਹੋ ਗਏ ਸਾਡੇ ਘਰ 'ਚ ਕੋਈ ਕਮਾਉਣ ਵਾਲਾ ਨਹੀਂ ਹੈ, ਇਸ ਕਰਕੇ ਮੈਂ ਇਹ ਵਿਹਲਾ ਰਹਿਣਾ ਮੈਂ ਅੱਛਾ ਨਹੀਂ ਸਮਝਦੀ, ਮੈਂ ਰੇਹੜੀ ਲਗਾਉਂਦੀ ਹਾਂ। ਇਕੱਲੇ ਰਹਿੰਦੇ ਹੋ ਤੁਸੀਂ? ਮੈਂ ਇਕੱਲੀ ਹਾਂ ਜੀ। ਹਾਂ, ਪਰਿਵਾਰ ਵਿੱਚ ਕੌਣ ਕੌਣ ਸੀ, ਇਕੱਲੇ ਕੀ ਹੋਇਆ? ਹੁਣ ਕੋਈ ਨਹੀਂ ਹੈ ਜੀ, ਸਿਰਫ 2 ਲੜਕੀਆਂ ਸੀ, ਮੈਂ ਵਿਆਹਤੀ ਹਾਂ। ਹਾਂਜੀ, ਉਹ ਆਪਣੇ ਘਰ ਗਈਆਂ। ਤੁਹਾਡੇ ਹਸਬੈਂਡ, ਕੋਈ ਹੋਰ ਬੱਚਾ? ਮੇਰੇ ਹਸਬੈਂਡ ਨਹੀਂ ਹੈ ਜੀ, ਨਾ ਹੀ ਮੇਰਾ ਬੇਟਾ ਹੈ ਕੋਈ, ਬਸ ਮੈਂ ਆਪ ਕੰਮ ਕਰਦੀ ਹਾਂ, ਆਪਣਾ ਗੁਜ਼ਾਰਾ ਕਰਦੀ ਹਾਂ। ਕੀ ਹੋਇਆ ਕਿ ਉਹਨਾਂ ਦੀ ਡੈਥ ਹੋ ਗਈ, ਜਾਂ ਕਿੰਨੇ ਕੁ ਟਾਈਮ ਤੋਂ ਤੁਸੀਂ ਇਕੱਲੇ? ਐਕਸੀਡੈਂਟ ਹੋਇਆ ਸੀ ਸਾਨੂੰ 1991 30 ਅਗਸਤ ਨੂੰ। ਹਾਂਜੀ, ਦਿੱਲੀ ਜਾ ਰਹੇ ਸੀ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ, ਅਤੇ ਰਸਤੇ 'ਚ ਬੱਸਾਂ ਆਪਸ 'ਚ ਭਿੜ ਗਈਆਂ, ਉਸ ਕਰਕੇ ਫਿਰ ਉਹ ਮੁੰਡਾ ਵੀ ਮਰ ਗਿਆ, ਉਹ 7 ਸਾਲ ਬਾਅਦ ਮਰੇ। ਬੇਟੀਆਂ ਨੇ ਤੁਹਾਡੀਆਂ? ਦੋ ਮੇਰੀਆਂ 2 ਬੇਟੀਆਂ ਜੀ, ਵਿਆਹੀ ਹੋਈਆਂ, ਆਪਣੇ ਆਪਣੇ ਘਰ ਹੈ, ਉਹ ਸੁਖੀ ਹੈ। ਜਿੰਨੀ ਉਹਨਾਂ ਕੋਲ ਮੇਰੇ ਕੋਲ ਮਦਦ ਹੁੰਦੀ ਆ ਕਰ ਦਿੰਦੇ, ਲੇਕਿਨ ਮੈਂ ਉਹਨਾਂ ਨੂੰ ਕਹਿੰਦੀ ਨਹੀਂ, ਮੈਂ ਆਪਣੀ ਇਨਕਮ 'ਚ ਆਪਣਾ ਗੁਜ਼ਾਰਾ ਕਰਦੀ। ਤੁਸੀਂ ਸ਼ੁਰੂ ਤੋਂ ਇੱਥੇ ਮੋਹਾਲੀ ਰਹਿੰਦੇ ਸੀ ਕਿ ਜਾਂ ਪਹਿਲਾਂ ਕਿਤੇ ਹੋਰ ਸੀ? ਜੀ, ਮੈਂ ਇੱਥੇ ਸਨ 1984 ਤੋਂ ਰਹਿ ਰਹੀ ਹਾਂ। ਹਾਂ, ਹੁਣ ਮੈਂ ਸੁਹਾਣੇ ਰਹਿ ਰਹੀ ਹਾਂ, ਜਦਕਿ ਇੱਥੇ ਕਿਰਾਇਆ ਜ਼ਿਆਦਾ ਸੀ, ਉੱਥੇ ਫਿਰ ਮੈਂ ਥੋੜ੍ਹੇ ਕਿਰਾਏ 'ਤੇ ਰਹਿ ਰਹੀ ਹਾਂ। ਹਾਂ, 25 ਸਾਲ ਹੋ ਗਏ ਉੱਥੇ ਰਹਿੰਦੀ ਨੇ ਮੈਨੂੰ। ਜੋ ਤੁਹਾਡਾ ਆਪਣਾ ਘਰ ਸੀ, ਜਿੱਥੇ ਤੁਸੀਂ ਵਿਆਹ ਕੇ ਗਏ, ਜਿੱਥੇ ਤੁਹਾਡੇ ਬੱਚੇ ਸੀ, ਉਹ ਘਰ ਫਿਰ ਕਿੱਥੇ ਗਿਆ ਤੁਹਾਡਾ ਆਪਣੇ ਵਾਲਾ? ਆਪਣਾ ਘਰ ਹੈ ਹੀ ਨਹੀਂ ਜੀ, ਬਣਾਇਆ ਹੀ ਨਹੀਂ, ਸ਼ੁਰੂ ਤੋਂ ਕਿਰਾਏ 'ਤੇ ਹੀ ਰਹੇ ਹਾਂ। ਹਾਂ, ਇਨਕਮ ਥੋੜ੍ਹੀ ਸੀ ਅਤੇ ਇਸ ਕਰਕੇ ਬਣਾਇਆ ਕੁਛ ਨਹੀਂ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਸੀ। ਫਿਰ ਘਰ ਕਿੱਥੇ ਬਣਦਾ, ਘਰ ਬਣਾਉਣ ਵਾਸਤੇ ਕੋਈ ਜ਼ਿਆਦਾ ਪੈਸਾ ਚਾਹੀਦਾ, ਬਸ ਆਪਣੀ ਰੋਜ਼ੀ ਰੋਟੀ ਕਮਾ ਲੈਂਦੇ ਹਾਂ, ਆਪਣਾ ਗੁਜ਼ਾਰਾ ਕਰ ਲੈਂਦੇ ਹਾਂ। ਪਹਿਲਾਂ ਮੈਂ ਲੇਬਰ ਕਲਾਸ 'ਚ ਲੱਗੀ ਹੋਈ ਸੀ ਬੇਰਕਾ ਕੰਪਨੀ 'ਚ ਹੈਲਪਰ, ਉਹਦੇ ਵਿੱਚ ਆਪਣਾ ਗੁਜ਼ਾਰਾ ਕਰਦੀ ਸੀ ਅਤੇ ਆਪਣੇ ਬੱਚਿਆਂ ਨੂੰ ਪਾਲਦੀ ਸੀ। ਕਿਵੇਂ ਸੋਚਿਆ ਮਾਤਾ ਜੀ ਕਿ ਹਾਂ ਫਲ ਵੇਚਣੇ ਆ ਜਾਂ ਇੱਥੇ ਤੁਸੀਂ ਰੇਹੜੀ ਲਗਾਉਣੀ ਆ? ਹਾਂਜੀ, ਕਿਵੇਂ ਸੋਚਿਆ ਤੁਸੀਂ ਕਿ ਹਾਂ ਤੁਸੀਂ ਜਿਹੜੀ ਫਲਾਂ ਦੀ ਆ ਰੇਹੜੀ ਲਗਾ? ਜੀ, ਲੋਕਾਂ ਨੂੰ ਦੇਖ ਦੇਖ ਕੇ ਕਿ ਇਹ ਕੰਮ ਨਹੀਂ ਕਰਨਾ ਚਾਹੁੰਦੇ,
मैं तो काम शुरू तो ही करती सी, दुध बेचती सी वेरका दा, मिल्क बारा ते काम करती सी। तो फिर मैं क्या बेला रहना चंगा नहीं, घर के काम मेरे को होंदे नहीं सी, इन्नी मैं जान नहीं है हूँ उम्र के लिहाज नाल, मैं इत्थे बैठ के अपने सेब केले बेच लैनी हाँ, अपना गुजारा कर लैनी हाँ। यही बहुत मदद है, ले लिया बेटा, बस अपना कोई घर नहीं है जी। केड़ी चीज़ नू तुसी मान दियो है ना एक हिम्मत, खास कर जदों उम्र हुंदी ते बंदा सोचदा मैं घर बावां अपने चाहे बच्चियां दे विच, चीज़ तुसी फिर भी इत्थे आंदे हो रोज़ इत्थे पूरा दिन बैठदे हो, किन्ने बजे सवेरे उठदे हो? मैं जी आई एम गेट अप अर्ली इन द मॉर्निंग, हाँ 5 बजे उठदी हाँ जी। मैं अपने घर का काम भी कर लैनी हाँ, नहा धो लैनी हाँ, पाठ पूजा करके फिर मैं मंडी तो अपना समान ले आनी हाँ। बस जिन्ने क मेरे को पैसे होंगे उन्ना क मैं समान ले आनी हाँ, ये मैं सारे अपने मकान का किराया दिनी हाँ, रोटी खा लैनी हाँ। बस खुद बना दी रोटी भी? हाँ। रोटी भी आप बना लैनी हाँ जी, कप सारा ए टू जैड काम आप ही करती हाँ। फिर किन्ने बजे तक शाम नूं तुसीं इत्थे रहिंदे हो? किन्ने बजे? मैं जी 9 बजे तक रहनी हाँ, 8:30 इत्थे बंद कर दें। समान जिदा है ना असीं देख रहे हैं काफ़ी सारे फल आ, डब्बे आ, कुछ टोकरे जिवें चेयर मैं आप ही रखदी हाँ जी। किवें चक के लै गए? शुरू तो ही मैनूं काम करन दी आदत है, हाँ शुरू तो ही काम करन दी आदत है। काम करन नाल कोई बंदा मर थोड़ी जांदा, काम करन नाल तां बंदे दा दिल बहुत वड्डा हो जांदा है। काम करके गुजारा करना चाहिए, लोगों तो क्यों गुजारा करवाइए, अपनी जिंदगी आप गुजारो। हाँ अजकल तो माता जी देखते हैं हर कोई ना काम तो भजदा आ कि छड़ो की करना है, जहाँ पर दूजे के उत्ते निर्भर हो जाने। नहीं जी नहीं, सेल्फ इंडिपेंडेंट रहना चाहिए, आत्मविश्वास रखना चाहिए कि भी मैं आ काम जेड़ा किसी कोई काम होंदा वो कर लो, क्यों किसी पर डिपेंड रहो। साडे माँ बाप नहीं है, साडा मुंडा नहीं है, साडा हसबेंड नहीं है, फिर किसे कोलो परमात्मा कोलो ये अरदास मंगो, अपना शरीर चलता रहे तो ऐसी काम करते रहिए, साडा गुजारा होंदा रहे। कभी शिकायत कर दे उस परमात्मा दे नाल? परमात्मा तो क्या नु शिकायत करनी, उन्हें इन्ना चंगा जीवन दिता है, उन्हें सानू हाथ पैर दिते कमान वास्ते, ओनू क्यों शिकायत करिए, उन्हें दुनिया से सानू अच्छे कर्म करने वास्ते भेजा, काम करके खाओ अपना गुजारा करो, कुछ पल्ले बंद के थोड़ी लैके जाना। वो कहते भी बंदे तनु मैं सब कुछ बख्शा, अखा दित्तियां, मूँह बोलन दिता, दिमाग सोचन दिता, इस बुद्धि दिती अच्छी, अच्छे कर्म करो, ओदा ना लो परमात्मा का और थोड़ी अपने आप ही मदद करूँगा। हाँ किन्ने के कस्टमर आ जाते रोज इतने जेडे थोड़े को आते पक्के भी है? कुछ गुजारा हो जाता है, आते रहते हैं, कई बार नहीं भी आते मगर किसी को जबरदस्ती तो नहीं कहीदा कि भी लो मेरे को समान, वो आप ही आ जाते हैं, उन्होंने मन की भावना है कि भी बुजुर्ग को ले लो समान, भी इन्नी उम्र से इन्ना काम कर रहे हैं, इन्हू कोई मजबूरी है। आस पास तो लोग मदद करते जिम्मे से देख रहे हैं, जो मौसम बड़ा खराब आ, अचानक हवा आ जाए, बारिश आ जाए, मदद करते लोग इतों दे? नहीं जी नहीं, असी छतरी लाई हुई है, जब बारिश आएगी तो इतने असी शोरूम से खड़े हो जाएंगे, छत थले जाके भिजन करके इन्होंने कर तरपाल पा जाएंगे। बेटियां ना गलबात होंगी उन्होंने वालों नहीं कहा जाता कि तुम साढ़े को आ जाओ, चाहे तुम काम ना करो, उन्होंने किमें होंगे थोड़े बच्चियों का? नहीं जी नहीं, बेटियां तो कोई सहायता नहीं लेनी चाहिए, उन्होंने देनी चाहिए सहायता, जब कोई देखांगे भी शरीर नहीं चलता, कोई ऐसी समस्या खड़ी हो गई है, फिर बच्चे जड़े हैं वो सेवा करेंगे, बेटियां बेटे ही होंगे हैं, बेटे तो छट के भर जाते हैं, बेटियां तो फिर भी सेवा कर देंदी हैं। रिश्तेदारां नाल गलबात होंदी है किवें है ना, तुसीं जिवें इन्नी उम्र दे विच वी अज वी अपनी रेहड़ी लगा के गुजारा कर रहे हो, किवें उन्हां दा हुंदा तुहाडे रिश्तेदारां दे तुहाडे नाल गलबात हुंदी है, चीज़ नूं देख के तो की लैणा, असीं अपनी मेहनत करो तो खाओ, रिश्तेदार तो सब
जे साडे कोल ज्यादा मनी होएगी या कुछ होएगा, साडा मकान होएगा तो आएंगे मिलन। रिश्तेदार कोई नहीं, किसे दा नहीं है गया रिश्तेदार, तो अपना शरीर ही रिश्तेदार है, बस शरीर ही रिश्तेदार है जी। इनू अपना मेहनत करो, अपना गुजारा करो। योगा वगैरह भी कर दियो तुसी फिर? मैं उठ के 5 बजे योगा कर दिया, टाइम मेरा शरीर चलता फिरता है। हाँ, शुरू तो मैं कि ये चीज सी कि इन्ने बजे उठना, डेली रूटीन स्टार्टिंग तो इदा सी। मैं जी अपना टाइम टेबल बनाया हुआ, मैं 5 बजे तो बाद नहीं उठती। जे कोई खास ही ढीला मठा शरीर हो फिर थोड़ा लेट हो जाने, क्यों असी मंडी जाना होंगे, समान खरीदना होंगे, अपनी चाह पानी पीना होंगे, पाठ पूजा करनी होंगी है, उस महाराज के नाम नू लेना होंगे, इस करके सवेरे उठी जा। माता जी उन्होंने की कहना चाहोगे, खासकर वो मुंडे कुड़ियां अज्ज दे यूथ की गल करिए कि जिन्हां दी ये चीज़ होंदी आ कि की करिए जिंदगी दे विच, हार बड़ी जल्दी मन लेंदे आ, चाहे कुछ करना नहीं चाहते जिंदगी दे विच, क्योंकि तुसी बड़ियां दे लई मिसाल हो। हाडा हराम है, वो हाडा हराम है, वो कहिंदे माँ बाप नू खाई जाओ, माँ बाप तो लई जाओ, आप कम करो ना, बस जिंदगी नू एदां गुजारी जाओ मौन मेजे मौज नाल, तां फिर ओ चंगी गल। सो माता जी दे नाल गलबात कीती ते उन्हां दे गल्लां दे विचों किते ना किते एक ही चीज़ आ, वो ये कि जिंदगी दे विच कदी हार नहीं मननी चाहीदी, कदी भी किसी चीज़ नूं एक्सक्यूज़ बना के छड्ड नहीं देना चाहीदा, हमेशा मेहनत करनी चाहीदी, ते मेहनत करन वाले जिंदगी च हमेशा सफल हुंदे ने। सो मैनूं लगदा है कि तुहानूं अज दी साडी स्टोरी वधिया लगी होएगी, कमेंट करके जरूर दसो। हालेक अपडेट नूं जानने लई देखते रहो प्रो पंजाब टीवी।